ਪਾਕਿਸਤਾਨ ਸਰਕਾਰ ਦੇ ਵੱਲੋਂ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀ ਤਿਆਰੀ ਦੇ ਫੈਸਲੇ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸ਼ਲਾਘਾ ਕੀਤੀ ਗਈ ਉੱਥੇ ਹੀ ਉਹਨਾਂ ਦੇ ਵੱਲੋਂ ਭਾਰਤ ਸਰਕਾਰ ਨੂੰ ਵੀ ਕਰਤਾਰਪੁਰ ਕੋਰੀਡੋਰ ਖੋਲ੍ਹਣ ਵਿੱਚ ਦਰਿਆਦਰੀ ਦਿਖਾਉਣ ਦੀ ਅਪੀਲ ਕੀਤੀ ਗਈ ਅਤੇ ਉਹਨਾਂ ਕਿਹਾ ਕਿ 20 ਤੋਂ 22 ਸਤੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਪੁਰਬ ਮੌਕੇ ਭਾਰਤ ਸਰਕਾਰ ਨੂੰ ਵੀ ਇਹ ਲਾਂਘਾ ਖੋਲ੍ਹ ਦੇਣਾ ਚਾਹੀਦਾ ਇਸ ਦੇ ਨਾਲ ਸੰਗਤਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰ ਸਕਣ ਅਤੇ ਦੋਵਾਂ ਦੇਸ਼ਾਂ ਵਿੱਚ ਆਪਸੀ ਭਾਈਚਾਰਾ ਫਿਰ ਤੋਂ ਬਰਕਰਾਰ ਹੋ ਸਕੇ ਖੁਸ਼ੀ ਵਾਲੀ ਗੱਲ ਹੈ ਕਿ ਪਾਕਿਸਤਾਨ ਗੌਰਮੈਂਟ ਨੇ ਕਰਤਾਰਪੁਰ ਕੋਰੀਡੋਰ ਨੂੰ ਜਿਹੜਾ ਹੈਗਾ ਉਹ ਓਪਨ ਕਰਨ ਦੇ ਲਈ ਰਾਹ ਪੱਧਰਾ ਕਰ ਦਿੱਤਾ ਭਾਵੇਂ ਕੁਝ ਕੋਵਿਡ ਕਾਰਨ ਹਦਾਇਤਾਂ ਕਾਰਨ ਹੀ ਕੀਤਾ ਅਸੀਂ ਇਹਦੀ ਸ਼ਲਾਘਾ ਕਰਦੇ ਹਾਂ ਖੁਸ਼ੀ ਵਾਲੀ ਗੱਲ ਹੈ ਅਤੇ ਭਾਰਤ ਸਰਕਾਰ ਨੂੰ ਵੀ ਵੱਡਾ ਦਿਲ ਜਿਹੜਾ ਉਹ ਦਿਖਾਉਣਾ ਚਾਹੀਦਾ ਔਰ ਵੱਡਾ ਦਿਲ ਦਿਖਾਉਂਦੇ ਆਪਣੇ ਵਾਲੇ ਪਾਸਿਓਂ ਜਿਹੜਾ ਹੈ ਉਹ ਲਾਂਘਾ ਭਾਰਤ ਸਰਕਾਰ ਨੂੰ ਵੀ ਖੋਲ੍ਹ ਲੈਣਾ ਚਾਹੀਦਾ ਕੋਵਿਡ ਕਾਰਨ ਜੋ ਹਦਾਇਤਾਂ ਨੇ ਸਿਹਤ ਮਹਿਕਮੇ ਦੀਆਂ ਅਤੇ ਉਹਨਾਂ ਦੀ ਪਾਲਣਾ ਜਿਹੜੀ ਹੈ ਉਹ ਜ਼ਰੂਰੀ ਕਰਵਾ ਲੈਣੀ ਚਾਹੀਦੀ ਹੈ ਲੇਕਿਨ ਕੋਈ 100, 200, 300 ਦੀ ਗਿਣਤੀ ਦੇ ਵਿੱਚ ਜਥਾ ਜਿਹੜਾ ਹੈਗਾ ਉਹ ਜ਼ਰੂਰ ਕਰਤਾਰਪੁਰ ਸਾਹਿਬ ਕੋਰੀਡੋਰ ਭੇਜਣਾ ਚਾਹੀਦਾ ਤਾਂ ਕਿ ਕੰਟੀਨਿਊਟੀ ਜਿਹੜੀ ਹੈ ਉਹ ਬਣੀ ਰਹੇ ਲਗਾਤਾਰਤਾ ਬਣੀ ਰਹੇ ਜਥਾ ਜਿਹੜਾ ਜਾਂਦਾ ਰਹੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਦਾਰੀ ਕਰਨ ਵਾਸਤੇ ਅਤੇ 22 ਸਤੰਬਰ ਨੂੰ ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ ਜਿਹੜਾ ਪੁਰਬ ਹੈ ਉਹ ਮਨਾਇਆ ਜਾ ਰਿਹਾ 20 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਅਤੇ ਸੰਗਤ ਵੱਡੀ ਤਾਦਾਦ ਵਿੱਚ ਉੱਥੇ ਹਾਜ਼ਰੀਆਂ ਭਰਨਾ ਵੀ ਚਾਹੁੰਦੀ ਹੈ ਅਤੇ ਭਾਰਤ ਸਰਕਾਰ ਨੂੰ ਵੀ ਜਿਹੜਾ ਉਹ ਖੁੱਲ੍ਹ ਦਿਲੀ ਦਾ ਸਬੂਤ ਦਿੰਦੇ ਹਾਂ ਵੱਡੇ ਦਿਲ ਦਾ ਸਬੂਤ ਦਿੰਦੇ ਹਾਂ ਕੋਰੀਡੋਰ ਜਿਹੜਾ ਆਪਣੇ ਵਾਲੇ ਪਾਸਿਓਂ ਵੀ ਖੋਲ੍ਹਣਾ ਚਾਹੀਦਾ ਸਰ ਜੀ ਬੜੀਆਂ ਅਰਦਾਸਾਂ ਬਾਰੇ ਜਿਹੜਾ ਖੁੱਲ੍ਹਿਆ ਸੀਗਾ ਪਰ ਹੁਣ 2 ਸਾਲ ਲਗਭਗ ਹੋ ਗਿਆ ਸਮਾਂ ਬੰਦ ਕੀਤਾ ਸਾਰੇ ਗੁਰਦੁਆਰਾ ਸਾਹਿਬ ਖੁੱਲ੍ਹੇ ਨੇ ਸਾਰੇ ਮੰਦਰ ਖੁੱਲ੍ਹੇ ਨੇ ਹਰ ਇੱਕ ਤਰ੍ਹਾਂ ਦੇ ਆਪਾਂ ਖੁੱਲ੍ਹਿਆ ਪਰ ਇਹ ਨਾ ਖੋਲ੍ਹਣ ਦਾ ਤੁਸੀਂ ਕੀ ਮਨਸਾ ਮੰਨਦੇ ਹੈਗੇ ਹੋ ਸਰਕਾਰ ਦਾ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਰਕਾਰਾਂ ਦੇ ਮਨਾਂ ਦੇ ਵਿੱਚ ਹੀ ਜਿਹੜਾ ਹੈ ਉਹ ਹੈਗਾ ਕਿ ਕੋਰੀਡੋਰ ਜਿਹੜਾ ਖੋਲ੍ਹਣਾ ਨਹੀਂ ਹੈ ਜਦਕਿ ਜੇ ਕੋਰੀਡੋਰ ਖੁੱਲ੍ਹਦਾ ਤਾਂ ਇਹਦੇ ਨਾਲ ਦੋਨਾਂ ਮੁਲਕਾਂ ਦੇ ਵਿਚਕਾਰ ਰਿਸ਼ਤੇ ਵੀ ਜਿਹੜੇ ਹੈ ਉਹ ਸੁਧਰਨ ਦੇ ਮੌਕੇ ਬਣਦੇ ਹੈ ਅਤੇ ਜੇ ਦੋਨਾਂ ਮੁਲਕਾਂ ਦੇ ਦਰਮਿਆਨ ਰਿਸ਼ਤੇ ਸੁਧਰਦੇ ਹੈ ਦੋਨਾਂ ਮੁਲਕਾਂ ਦੇ ਲੋਕ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਹੈ ਅਤੇ ਇਹਦੇ ਨਾਲ ਇਸ ਖਿੱਤੇ ਦੇ ਵਿੱਚ ਹੋਰ ਜਿਹੜਾ ਹੈ ਉਹ ਫਾਈਨੈਂਸ਼ਲੀ ਵੀ ਮਜ਼ਬੂਤੀ ਆਊਗੀ ਅਤੇ ਭਾਈਚਾਰਕ ਸਾਂਝ ਵੀ ਜਿਹੜੀ ਹੈ ਉਹ ਮਜ਼ਬੂਤ ਰਹੇਗੀ ਤਾਂ ਕਿਤੇ ਨਾ ਕਿਤੇ ਭਾਰਤ ਸਰਕਾਰ ਨੂੰ ਸੋਚਣਾ ਚਾਹੀਦਾ ਅਮਰਜੀ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ